ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਕਿ ਇਨਸਾਨਾਂ ਨੇ ਕੀਤਾ ਵੱਡਾ ਐਲਾਨ ਇੱਕ ਵਾਰ ਫਿਰ 26 ਜਨਵਰੀ ਨੂੰ ਕੱਢਣਗੇ ਟਰੈਕਟਰ ਪਰੇਡ ਤਾਂ ਦੋਸਤੋ ਸੰਜਗਤ ਕਿਸਾਨ ਮੋਰਚਾ ਨੇ ਅਕਬਾਰ ਫੇਰਾ ਗਨਤੰਤਰ ਦੇਵਸ ਮੌਕੇ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਇਸ ਵਾਰ ਇਹ ਪਰੇਡ ਦਿੱਲੀ ਵਿੱਚ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ 500 ਜ਼ਿਲ੍ਹਿਆਂ ਵਿੱਚ ਹੋਵੇਗੀ ਤੇ ਇਹ ਫੈਸਲਾ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ SKM ਦੇ ਆਲ ਇੰਡੀਆ ਜਨਰਲ ਬਾਡੀ ਦੀ ਮੀਟਿੰਗ ਦੇ ਵਿੱਚ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ 26 ਜਨਵਰੀ 2021 ਨੂੰ ਵੀ ਯੂਨਾਈਟਿਡ ਕਿਸਾਨ ਮੋਰਚਾ ਦੇ ਬਲਟ ਟਰੈਕਟਰ ਪਰੇਡ ਕੱਢੀ ਗਈ ਸੀ। ਅਸਾ ਸਮੇਂ ਕਿਸਾਨ ਜਥੇਬੰਦੀਆਂ 3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਸਰਹੱਦ ਤੇ ਬੈਠਣਾ ਹੋਇਆ ਸੰਤੇ ਦੇਸ ਦੀ ਰਾਜਧਾਨੀ ਦਿੱਲੀ ਵਿੱਚ ਟਰੈਕਟਰ ਪਰੇਡਾਂ ਦੌਰਾਨ ਹਿੰਸਾ ਹੋਈ ਸੀ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ 1 ਸਾਲ ਤੋਂ ਬਾਅਦ ਸਮੇਤ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਬਾਅਦ ਵਿੱਚ ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਐਸਬੀਐਲ ਮੁੱਦਾ ਕਿਸਾਨਾਂ ਨੇ ਕੀਤਾ ਕੇਂਦਰੀ ਟੀਮ ਦਾ ਵਿਰੋਧ ਹੋਰ ਮੰਗਾ ਵੀ ਗਣਾਈਆਂ ਤਾਂ ਦੋਸਤੋ ਕੱਲ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਬਾਲ ਕਲ ਹਿੰਦਕ ਕਿਸਾਨ ਫੈਡਰੇਸ਼ਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਭਾਰਤੀ ਕਿਸਾਨ ਯੂਨੀਅਨ ਮਾਨਸਾ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਦੇ ਉੱਤੇ ਇੱਥੇ ਐਸਬੀਐਲ ਨਹਿਰ ਦੇ ਨਿਰਮਾਣ ਦੇ ਲਈ ਪੰਜਾਬ ਅਤੇ ਹਰਿਆਣਾ ਦੇ ਮੱਖ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਪੁੱਜੀ ਕੇਂਦਰੀ ਜਲ ਸਰੋਤ ਕੇਂਦਰੀ ਮੰਤਰੀ ਜਤਿੰਦਰ ਸਿੰਘਾ ਸ਼ਿਖਾਵਤ ਅਧੀ ਅਗਵਾਈ ਵਾਲੇ ਕੇਂਦਰੀ ਟੀਮ ਦਾ ਵਿਰੋਧ ਕਰਨ ਦੇ ਲਈ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਬਲਵੀਰ ਸਿੰਘਾ ਰਾਜੇਵਾਲ, ਪ੍ਰੇਮ ਸਿੰਘਾ ਪੰਗੂ, ਕੰਬਲਪ੍ਰੀਤ ਸਿੰਘਾ ਪੰਨੂ, ਭੋਗ ਸਿੰਘਾ ਮਾਨਸਾ ਤੇ ਹਰਜਿੰਦਰ ਸਿੰਘਾ ਟੰਡ ਦੀ ਅਗਵਾਈ ਦੇ ਹੇਠ ਧਰਨਾ ਕਰੀਆਂ ਨੇ ਕੇਂਦਰੀ ਟੀਮ ਨੂੰ ਮੰਗ ਪੱਤਰ ਸੰਪੰਨ ਦੇ ਲਈ ਧਾਰਾ ਸਟੂਡੀਓ ਤੋਂ ਚੰਡੀਗੜ੍ਹ ਵੱਲ ਮਾਰਚ ਕੀਤਾ। ਉਹ ਨੋ ਬਾਟਰ ਨੋ ਐਸਬਾਈਐਲ ਕੇਂਦਰੀ ਟੀਮ ਗੋ ਬੈਕ। ਆਲ ਪੰਜਾਬ ਇਕੱਠ ਜਹਦੀ ਸਮਿਖਿਆ ਕਰੋ ਤੇ ਚੰਡੀਗੜ੍ਹ ਪੰਜਾਬੀਆਂ ਦੇ ਲਈ ਵਿਦੇਸ਼ੀ ਨੇ ਆਦ ਦਾ ਨਾਰੇ ਲਗਾ ਰਹੇ ਸੰਤੇ ਐਸ ਅਰੋਸ਼ ਮਾਰਚ ਨੂੰ ਪੁਲਿਸ ਨੇ ਮੈਕਸ ਹਸਪਤਾਲ ਦੇ ਵਿਚ ਆ ਬੈਰੀਕੇਡਾ ਲਾ ਕੇ ਰੁਕ ਲਿਆ ਤੇ ਉੱਥੇ ਹੀ ਸੜਕ ਦੇ ਉੱਤੇ ਬੈਠ ਕੇ ਵਿਸ਼ਾਲ ਰੈਲੀ ਕੀਤੀ ਬੁਲਾਰਿਆ ਨੇ ਐਸ ਮੁੱਦੇ ਦੇ ਹੱਲ ਦੇ ਲਈ ਟ੍ਰਿਬਿਊਨਲ ਬਣਾਉਣ ਐਸ ਬਾਈ ਐਲ ਦੀ ਬਜਾਏ 22 ਐਸ ਐਲ ਦੀ ਮੰਗ ਕਰਨ ਅਤੇ ਸੁਪਰੀਮ ਕੋਰਟ ਦੇ ਵਿੱਚ ਆ ਪੰਜਾਬ ਦੇ ਕੇਸ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਨਾ ਕਰਨ ਦੇ ਲਈ ਪੰਜਾਬ ਸਰਕਾਰ ਦੇ ਨਕੇਹਦੀ ਕੀਤੀ ਜੇਕਰ ਉਹਨਾਂ ਨਿਗਾਂ ਮੰਗਾਂ ਨੂੰ ਸੰਵਿਧਾਨ ਦੇ ਅਨੁਸਾਰ ਹਮਦਾਰਦੇਵ ਦੇ ਨਾਲ ਨਹੀਂ ਮੰਨਿਆ ਗਿਆ ਤਾਂ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਇਹਨਾਂ ਮੰਗਾਂ ਦੇ ਹੱਲ ਦੇ ਲਈ ਪੱਕਾ ਮੋਰਚਾ ਲਾਇਆ ਜਾਵੇਗਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੋਂ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨਵੇਂ ਕਾਨੂੰਨ ਦੇ ਲੱਗਣ ਤੋਂ ਬਾਅਦ ਅਪਰਾਧੀਆਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤਾ ਜਾਵੇਗਾ ਪੇਸ਼ ਸੰਸਦ ਵਿੱਚ ਪਾਸ ਹੋਏ ਤਿੰਨ ਬੈਲ ਕਾਨੂੰਨ ਬਣ ਗਏ ਹਨ ਤੇ ਹੁਣ ਪਹਿਲਾ ਚੰਡੀਗੜ੍ਹ ਦੇ ਵਿੱਚ ਲਾਗੂ ਕੀਤਾ ਜਾਣਗੇ ਤੇ ਇਸ ਕਾਨੂੰਨ ਦੇ ਲੱਗਣ ਤੋਂ ਬਾਅਦ ਅਦਾਲਤ ਵਿੱਚ ਅਪਰਾਧੀਆਂ ਦੀ ਪੇਚੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਹੋਵੇਗੀ ਇਸ ਨੂੰ ਬਣਾਦੇ ਢਾਂਚਾ ਤਿਆਰ ਕੀਤਾ ਜਾ ਰਿਹਾ ਤੇ ਇਸ ਲਈ ਚੰਡੀਗੜ੍ਹ ਪੁਲਿਸ ਸਬਭਾਗ ਜਿਲ੍ਹਾ ਅਦਾਲਤ ਦੇ ਨਾਲ ਵੀ ਤਾਲਮੇਲ ਕਰਿਆ ਤੇ ਇਸ ਦੇ ਲਈ ਜੇਲ੍ਹ ਅਦਾਲਤ ਤੇ ਸਾਰੇ ਥਾਣਿਆਂ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਲਈ ਸੈਟਅਪ ਲਾਇਆ ਜਾਵੇਗਾ ਤੇ ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਮਲਜ਼ਮਾਂ ਨੂੰ ਲਿਜਾਣ ਦੇ ਲਈ ਲੱਗਣ ਵਾਲੇ ਸਮੇਂ ਦੀ ਬਚਤ ਹੋਵੇਗੀ ਤੇ ਖਰਚੇ ਵੀ ਘੱਟ ਹੋਣਗੇ 82 ਕਰੋੜਾ ਲੋਕਾਂ ਨੂੰ 1 ਜਨਵਰੀ ਤੋਂ ਨਹੀਂ ਮਿਲੇਗਾ ਰਾਸ਼ਨ 6 ਲੱਖ ਡਿਪੋ ਹੋਲਡਰ ਜਾਣਗੇ ਹੜਤਾਲ ਤੇ 18000 ਪੰਜਾਬ ਡਿਪੋ ਹੋਲਡਰ ਵੀ ਸ਼ਾਮਲ ਦੇਖਦੇ 82 ਕਰੋੜਾ ਲੋਕਾਂ ਨੂੰ ਰਾਸ਼ਨ ਡਿਪਾਂ ਤੋਂ ਰਾਸ਼ਨ ਦੀ ਸਪਲਾਈ 1 ਜਨਵਰੀ ਤੋਂ ਬੰਦ ਹੋ ਜਾਵੇਗੀ ਦੇਖਦੇ 6 ਲੱਖ ਡਿਪੋ ਹੋਲਡਰ ਹੜਤਾਲ ਤੇ ਜਾ ਰਹੇ ਹਨ ਤੇ ਇਹਨਾਂ ਦੇ ਵਿੱਚ ਪੰਜਾਬ ਦੇ 18000 ਡਿਪੋ ਹੋਲਡਰ ਸ਼ਾਮਲ ਹਨ ਡਿਪੋ ਹੋਲਡਰਾਂ ਨੇ ਮੰਗਿਆ ਕਿ ਜੇਕਰ ਇੱਕ ਦੇਸ਼ ਇੱਕ ਰਾਸ਼ਨ ਕਾਰਡ ਹੋ ਸਕਦਾ ਤਾਂ ਡਿਪੋ ਹੋਲਡਰਾਂ ਨੂੰ ਦਿੱਤਾ ਜਾਣ ਵਾਲਾ ਕਮਿਸ਼ਨ ਪੂਰੇ ਦੇਸ਼ ਦੇ ਵਿੱਚ ਇੱਕੋ ਜਿਹਾ ਕਿਉਂ ਨਹੀਂ ਹੋ ਸਕਦਾ ਡੀਪੋ ਹੋਲਡਰ 16 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਰੈਲੀ ਕਰਨਗੇ ਤੇ ਫਿਰ ਦੇਸ਼ ਭਰ ਦੇ ਵਿੱਚ ਬਰਾਬਰ ਕਮਿਸ਼ਨ ਦੀ ਮੰਗ ਨੂੰ ਲੈ ਕੇ ਸੰਸਦ ਦਾ ਘਰਾਉ ਕਰਨਗੇ ਹੁਣ ਕਿਸਾਨਾਂ ਦਾ ਫਸਲਾਂ ਬਾਰੇ ਫਿਕਰ ਮੁਕਿਆ ਕੇਂਦਰ ਸਰਕਾਰ ਪੰਚਾਇਤਾਂ ਨੂੰ ਬੰਡੇਗੀ ਇਹ ਆਰਜੀ ਕਿਸਾਨ ਜਲਦੀ ਆਪਣੇ ਪਿੰਡਾਂ ਦੇ ਆਲੇ ਦੁਆਲੇ ਦੇ ਮੌਸਮ ਬਾਰੇ ਸਹੀ ਜਾਣਕਾਰੀ ਹਾਸਲ ਕਰ ਸਕਣਗੇ ਤੇ ਇਸੇ ਜਾਣਕਾਰੀ ਦੇ ਮੁਤਾਬਕ ਆਪਣੇ ਖੇਤਾਂ ਦੇ ਵਿੱਚ ਸਨਚਾਈ ਫਸਲਾਂ ਦੀ ਬਜਾਈ ਅਤੇ ਖਾਦਾਂ ਤੇ ਦਵਾਈਆਂ ਦਾ ਛੜਕਾਅ ਕਰ ਸਕਦੇ ਹਨ ਤੇ ਇਸ ਦੇ ਲਈ ਸਰਕਾਰ 2.5 ਲੱਖ ਪੰਚਾਇਤਾਂ ਵਿੱਚ ਆਟੋਮੈਟਿਕ ਰੀਨ ਗੇਂਜ ਲਗਾਉਣ ਜਾ ਰਹੀ ਹੈ ਤੇ ਇਹਦਾ ਟੈਂਡਰ ਜਨਵਰੀ ਦੇ ਵਿੱਚ ਜਾਰੀ ਕੀਤਾ ਜਾਵੇਗਾ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਦੇ ਅਨੁਸਾਰ ਆਉਂਦੇ ਮੌਨਸੂਨਾਂ ਸੀਜ਼ਨ ਤੱਕ ਆਰਜੀ ਲਗਾਏ ਜਾਣਗੇ ਤੇ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਜਿਸ ਤੋਂ ਬਾਅਦ ਕਿਸਾਨਾਂ ਨੂੰ ਰਾਹਤ ਮਿਲੇਗੀ ਕੇਂਦਰ ਸਰਕਾਰ ਨੇ ਬੁਨਿਆਦੀ ਢਾਂਚਾ ਨੈਟਵਰਕਿੰਗ ਅਤੇ ਡਾਟਾ ਸਿਸਟਮਾਂ ਜੋਇਨਾ ਸ਼ੁਰੂ ਕੀਤੀ ਹੈ ਇਸ ਤਹਿਤ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ਦੇਣ ਦੇ ਲਈ ਬਲਾਕ ਪੱਧਰ ਤੇ ਆਟੋਮੈਟਿਕ ਵੈਦਰ ਸਟੇਸ਼ਨਾਂ ਬਣਾਏ ਜਾਣਗੇ ਤੇ ਪੰਚਾਇਤ ਪੱਧਰ ਤੇ ਆਟੋਮੈਟਿਕ ਰੇਨ ਗੇਜ ਲਗਾਏ ਜਾਣਗੇ ਤੇ ਇਹ ਉਹਨਾਂ ਥਾਵਾਂ ਤੇ ਨਹੀਂ ਬਣਾਏ ਜਾਣਗੇ ਜਾਂ ਨਹੀਂ ਲਗਾਏ ਜਾਣਗੇ ਜਿੱਥੇ ਭਾਰਤੀ ਮੌਸਮ ਵਿਭਾਗ ਦੇ ਸਟੇਸ਼ਨਾਂ ਪਹਿਲਾਂ ਹੀ ਬਣੇ ਹੋਏ ਹਨ ਗਣਤੰਤਰ ਦਿਵਸ ਪਰੇਡ ਦੇ ਲਈ ਪੰਜਾਬ ਦੀਆਂ ਝਾਕੀਆਂ ਕਿਉਂ ਹੋਈਆਂ ਖਾਰਜ ਭਾਈਪਾ ਦੇ ਸੁਭਾ ਪ੍ਰਧਾਨ ਸੁਨੀਲਾ ਜਾਖੜ ਨੇ ਦੱਸਿਆ ਕੀ ਕਾਰਨ ਗਣਤੰਤਰ ਦਿਵਸ ਪਰੇਡ 2024 ਦੇ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕੀਤੇ ਜਾਣ ਤੇ ਮੁੱਖ ਮੰਤਰੀ ਭਗਵੰਤ ਮਾਨ ਨਰਾਜ਼ ਹੋ ਗਏ ਹਨ ਤੇ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਤੇ ਪੰਜਾਬ ਭਾਈਪਾ ਪ੍ਰਧਾਨ ਸੁਨੀਲਾ ਜਾਖੜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪੰਜਾਬ ਦੀਆਂ ਝਾਕੀਆਂ ਸ਼ਾਮਲ ਨਾ ਕਰਨ ਦਾ ਕਾਰਨ ਦੱਸਿਆ ਹੈ ਜਾਖੜ ਨੇ ਕਹਿ ਕੇ ਝਾਕੀ ਨੂੰ ਖਾਰਜ ਕਰਨ ਦਾ ਕਾਰਨ ਇਹ ਹੈ ਕਿ ਝਾਕੀਆਂ ਤੇ ਅਰਬਿੰਦ ਕੇਜਰੀਵਾਲਾ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਹੁੰਦੀਆਂ ਉਹ ਝਾਕੀ ਤੇ ਆਪਣੇ ਚਿੱਤਰ ਜਾਂ ਮੂਰਤੀਆਂ ਸਥਾਪਿਤ ਕਰਨਾ ਚਾਹੁੰਦੇ ਸੰਤ ਤੇ ਕੇਂਦਰ ਸਰਕਾਰ ਦੀ ਰਸਮੀ ਇਕਾਈ ਜੋ ਕਿ ਗਨਤੰਤਰ ਦੇਵਸ ਦੀਆਂ ਸਾਰੀਆਂ ਪ੍ਰਕਿਰਿਆਵਾਂ ਦੇ ਦੇਖਪਾਲ ਕਰਦੇ ਨੇ ਪੰਜਾਬ ਦੀਆਂ ਝਾਕੀਆਂ ਨੂੰ ਨਾਮਨਜ਼ੂਰ ਕਰ ਦਿੱਤਾ ਜਾਖੜ ਦਾ ਕਹਿਣਾ ਕਿ ਗਨਤੰਤਰ ਦੇਵਸ ਪ੍ਰੇਡ ਆਤਮ ਸਮਰਥਨ ਜਾਂ ਇਸ ਤਿਹਾਰ ਦਾ ਮਨਚ ਨਹੀਂ ਹੈ ਪੀਐਮ ਮੋਦੀ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦਾ ਦੇਣਗੇ ਵੱਡਾ ਤੋਹਫਾ ਤਾਂ ਦੋਸਤੋ ਅਮਰitsar ਰੂਟ ਤੇ ਦੇਖਦੇ ਸੈਮੀ ਹਾਈ ਸਪੀਡ ਟ੍ਰੇਨ ਬਣਦੇ ਭਾਰਤ ਐਕਸਪ੍ਰੈਸ ਦੇ ਚੱਲਣ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਰੇਲਵੇ ਵਿਭਾਗ ਨੇ 30 ਦਸੰਬਰ ਨੂੰ ਅਮਰitsar ਤੋਂ ਦਿੱਲੀ ਤੱਕ ਬੰਦੇ ਭਾਰਤ ਐਕਸਪ੍ਰੈਸ ਦਾ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਦੇ ਭਾਰਤ ਦੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਜਾ ਰਹੇ ਹਨ ਰੇਲਵੇ ਸੂਤਰਾ ਦੇ ਅਨੁਸਾਰ ਸ਼ੁਰੂਆਤ ਤੇ ਬੰਦੇ ਭਾਰਤ ਰੇਲ ਗੱਡੀ 30 ਦਸੰਬਰ ਨੂੰ ਸਵੇਰੇ 11 ਵਜੇ ਅਮਰitsar ਤੁਰਵਾਨਾ ਹੋਵੇਗੀ ਤੇ 11 ਵਜੇ 40 ਮਿੰਟ ਤੇ ਬਿਆਸ ਦੁਪਹਿਰ 12 ਵਜੇ 12 ਮਿੰਟ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨਾਂ ਪਹੁੰਚੇਗੀ ਤੇ ਇੱਥੇ 2 ਮਿੰਟਾਂ ਰੁਕਣ ਤੋਂ ਬਾਅਦ 12 ਵਜੇ 14 ਮਿੰਟ ਤੇ ਰਵਾਨਾ ਹੋਵੇਗੀ ਤੇ ਫਗਵਾੜਾ ਲੁਧਿਆਣਾ ਅੰਬਾਲਾ ਕੈਂਟ ਸਟੇਸ਼ਨਾਂ ਤੋਂ ਰੁਕਣ ਤੋਂ ਬਾਅਦ ਇਹ ਸ਼ਾਮ 5 ਵਜੇ 20 ਮਿੰਟ ਤੇ ਦਿੱਲੀ ਸਟੇਸ਼ਨਾਂ ਪਹੁੰਚੇਗੀ ਤੇ ਉਦਘਾਟਨ ਵਾਲੇ ਦਿਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਰੇਲਵੇ ਵਿਭਾਗ ਦੇ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਹੈ ਜਿਸ ਵਿੱਚ ਸਕੂਲੇ ਬੱਚੇ ਆਪਣੀ ਪੇਸ਼ਕਾਰੀ ਕਰਨਗੇ ਸੰਗਣੀ ਤੁੰ ਦਾ ਕਾਰਨ 8ਵੀਂ ਜਮਾਤ ਤੱਕ ਦੇ ਸਕੂਲਾਂ ਬੰਦ ਕਰਨ ਦਾ ਐਲਾਨ ਦਿੱਲੀ ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਜਾਰੀ ਹੈ ਤੇ ਇਨਾਂ ਹੀ ਨਹੀਂ ਪੰਜਾਬ ਹਰਿਆਣਾ ਤੇ ਐਨਸੀਆਰ ਦੇ ਵਿੱਚ ਸੰਗਣੀ ਤੁੰਦ ਹੈ ਜਿਸ ਦੇ ਮੱਦੇ ਨਜ਼ਰ ਗਾਜ਼ੀਆਬਾਦ ਦੇ ਵਿੱਚ ਠੰਡ ਕਾਰਨ 8ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਸਕੂਲ ਐ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੰਦ ਰਹਿਣਗੇ ਜ਼ਿਲ੍ਹਾ ਮੈਜਿਸਟ੍ਰੇਟ ਨੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀ ਦੇਣ ਦੇ ਹੁਕਮ ਦਿੱਤੇ ਹਨ ਜ਼ਿਲ੍ਹਾ ਮੁਡਲੀ ਸਿੱਖਿਆ ਅਫਸਰ ਓਪੀ ਜਾਦਵ ਨੇ ਸਕੂਲਾਂ ਨੂੰ ਹੁਕਮਾਂ ਦੇ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ ਬੇਸਕ ਐਜੂਕੇਸ਼ਨ ਅਫਸਰ ਓਪੀ ਜਾਦਵ ਨੇ ਦੱਸਿਆ ਹੈ ਕਿ ਬੋਰਡ ਦੇ ਸਾਰੇ ਸਕੂਲਾਂ ਨੇ ਬੱਚਾ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 29 ਅਤੇ 30 ਦਸੰਬਰ ਨੂੰ ਛੁੱਟੀ ਹੋਵੇਗੀ। ਇਸ ਤੋਂ ਪਹਿਲਾਂ ਨੌਇਡਾ ਅਤੇ ਜੁਪੀ ਦੇ ਸਕੂਲਾਂ ਨੇ ਬੱਚਾ 31 ਦਸੰਬਰ 2023 ਤੋਂ 14 ਜਨਵਰੀ 2024 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਵੱਡਾ ਐਲਾਨ ਕੀਤਾ ਗਿਆ ਹੈ। 10 ਰੁਪਏ ਤੱਕ ਘਟ ਸਕਦੇ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵੱਡੀ ਰਾਹਤ ਦੇਣ ਦੀ ਤਿਆਰੀ ਵਿੱਚ ਮੋਦੀ ਸਰਕਾਰ। ਮੋਦੀ ਸਰਕਾਰ ਮੰਗ ਹੈ ਦੇ ਮੋਰਚੇ ਤੇ ਜਨਤਾ ਨੂ ਬੱਡੇ ਰਾਹਤਾ ਦੇਣ ਜਾ ਰਿਹਾ ਸੂਤਰੇ ਦੇ ਮੁਤਾਬਕ ਜਲਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਤੇਲ ਦੀਆਂ ਕੀਮਤਾਂ 6 ਤੋਂ ਲੈ ਕੇ 10 ਰੁਪਏ ਤੱਕ ਘਟ ਸਕਦੇ ਹਨ ਦਾਦੇ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਆਈ ਹੈ ਜਿਸ ਦਾ ਫਾਇਦਾ ਹੁਣ ਸਰਕਾਰ ਲੋਕਾਂ ਨੂੰ ਦੇਣ ਜਾ ਰਹੀ ਹੈ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਘਟਾਉਣ ਦੇ ਲਈ ਤੇਲ ਕੰਪਨੀਆਂ ਦੇ ਨਾਲ ਗੱਲਬਾਤ ਕਰੀ ਜਾ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਨਤਾ ਨੂੰ ਰਾਹਤ ਦਿੱਤੀ ਜਾ ਸਕੇ ਹਾਲਾਂਕਿ ਸਰਕਾਰ ਇਹ ਰਾਹਤ ਕਦੋਂ ਦੇਵੇਗੀ ਇਸ ਬਾਰੇ ਕੋਈ ਤੈਅ ਤਰੀਕਾ ਸਾਹਮਣੇ ਨਹੀਂ ਆਇਆ ਪਰ ਮੰਨੇ ਜਾ ਰਿਹਾ ਹੈ ਕਿ ਇਸ ਸਾਲ ਭਾਵ ਕੁਝ ਦਿਨਾਂ ਦੇ ਵਿੱਚ ਜਾਂ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਜਨਤਾ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਮੀ ਦਾ ਵੱਡਾ ਤੋਹਫ਼ਾ ਮਿਲ ਸਕਦਾ ਹੈ ਪੰਜਾਬ ਚ ਕੋਲਡ ਡੇ ਦਾ ਅਲਰਟ ਇਨਾ ਸੂਲਾਂ ਜਲਨ ਦੇ ਵਿੱਚ ਪਈ ਗਈ ਸੰਗਣੀ ਧੰ ਦਾ ਹੋਰ ਬਰੇਗੀ ਠਾਰ ਪੰਜਾਬ ਦੇ ਵਿੱਚ ਸੰਗਣੀ ਧੰ ਦਾ ਵਿਚਾਲੇ ਕੋਲਡ ਡੇ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਕੋਲਡ ਡੇ ਰਹਿਣ ਦੀ ਭਵਿੱਖਬਣੀ ਕੀਤੀ ਹੈ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਇਹ ਕਿ ਸੰਗ ਦੇ ਮੁਤਾਬਕ ਕੋਲਡ ਡੇ ਉਦ ਹੁੰਦਾ ਹੈ ਜਦੋਂ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਜਾਂਦਾ ਅਤੇ ਬਾਤੂ ਬਾਤ ਤਾਪਮਾਨ ਵਿੱਚ ਆਮ ਦੇ ਨਾਲੋਂ 5 ਤੁਹ ਲੈ ਕੇ 6 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਜਾਂਦੀ ਹੈ। ਉਹਨਾਂ ਨੇ ਕਹਿ ਕੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਸੰਘਣੀ ਧੁੰਦ ਦੇ ਨਾਲ ਕੋਲਡ ਡੇ ਰਹਿਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਸੂਰਜ ਦੀਆਂ ਕਿਰਨਾਂ ਜ਼ਮੀਨ ਤੱਕ ਨਹੀਂ ਪਹੁੰਚ ਪਾਉਂਦੀਆਂ ਜਿਸ ਦੇ ਕਾਰਨ ਧੁੰਦ ਦਾ ਪ੍ਰਭਾਵ ਘਟ ਨਹੀਂ ਹੁੰਦਾ ਤੇ ਠੰਡ ਵੱਧ ਜਾਂਦੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ 16 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਇਸ ਤਰ੍ਹਾਂ ਤਾਂ ਪੰਜਾਬ ਦੇ 16 ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰਾ ਫਰੀਪੁਰ ਫਾਜ਼ਿਲਕਾ ਫਰੀਰਕੋਟ ਮਕਸਰ ਮੋਗਾ ਔਟੇਂਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਅਤੇ ਪਟਿਆਲਾ ਵਿਹਾਦ ਸੰਗਣੀ ਧੁੰਦ ਦੇ ਨਾਲ ਪ੍ਰਭਾਵਿਤ ਹੋਣਗੇ